ਗੱਲ ਨੂੰ ਸੁਣੋ ਖਾਲਸਾ ਜੀ, ਇੱਕ ਬੜਾ ਭਾਰੀ ਕੋਈ ਅਮਰਾਬ ਸੀ ਸੂਬਾ, ਇਹ ਦਬੱਲਿਆ ਹੋਇਆ ਸ਼ਾਹਜਹਾਨ ਦਾ, ਇਹ ਮਹਾਰਾਜ ਕੋਲੇ ਆਇਆ। ਜਿਸ ਪ੍ਰਕਾਰ ਇਹਦੀ ਕਥਾ ਸੁਣੋ, ਮਿਲਣ ਹੇਤ ਕੋ ਮਨ ਲਲਚਾਇਓ, ਇਹਦੇ ਮਨ ਵਿੱਚ ਇਹਨੇ ਧਾਰਿਆ ਕਿ ਮੈਨੂੰ ਬਾਦਸ਼ਾਹ ਨੇ ਤਾਂ ਕੱਢ ਦਿੱਤਾ। ਇਸ ਵੇਲੇ ਗੁਰੂ ਸਾਹਿਬ ਬੜੇ ਬਲੀ ਨੇ, ਜਿਨ੍ਹਾਂ ਨੇ ਤੁਰਕਾਂ ਦੀ ਫੌਜ ਮਲੀਆ ਮੇਟ ਕਰ ਦਿੱਤੀ, ਮੈਂ ਉਹਨਾਂ ਦੀ ਸ਼ਰਨ ਲਵਾਂ। ਇਹ ਵਿਚਾਰ ਕੇ ਸਤਿ ਜੀ ਅਮਰਾਬ ਪਠਾਨ ਆਇਆ। ਹਿਤ ਮਹਿਮ ਕਿਤ ਸਾਹੋ ਪਠਾਵਾ, ਇਹ ਆਇਆ ਕਿਉਂ, ਕਾਰਨ ਕੀ ਸੀ ਆਉਣ ਦਾ? ਇਹ ਸਤਿ ਜੀ ਕੁਛ ਫੌਜ ਦੇ ਕੇ, ਜਿਵੇਂ ਮੁਗਲ ਸਿੱਖਾਂ ਸੂਬਾ ਭੇਜਿਆ ਸੀ ਨਾ ਮਹਾਰੇ ਤੇ ਚੜਾਇਆ ਸੀ, ਸ਼ਾਹਜਹਾਨ ਨੇ ਇਸ ਅਮਰਾਬ ਨੂੰ ਵੀ ਕਿਤੇ ਫੌਜ ਦੇ ਕੇ ਕਿਸੇ ਪਹਾੜੀ ਰਾਜੇ ਤੇ ਭੇਜਿਆ ਸੀ। ਲਸ਼ਕਰ ਤੇ ਸਾਥ ਪਠਾਵਾ, ਇਹਦੇ ਨਾਲ ਫੌਜ ਭੇਜੀ ਸੀ ਅਮਰਾਬ ਦੇ। ਕਿਸੇ ਗਿਰੇ ਸਰ ਪਰ ਚੜ ਗਏ, ਇਹ ਕਿਸੇ ਪਹਾੜੀ ਰਾਜੇ ਤੇ ਗਿਆ ਸੀ ਚੜ ਕੇ, ਤਾਂ ਜਾਏ ਰਣ ਠਾਣਤ ਭਇਓ, ਅੱਗੇ ਜਾ ਕੇ ਜੰਗ ਕੀਤਾ ਕਿਸੇ ਪਹਾੜੀ ਰਾਜੇ ਨਾਲ। ਪਰਵ ਤੇਜ ਤਬ ਕੀਨ ਲੜਾਈ, ਪਹਾੜੀ ਰਾਜੇ ਨੇ ਇਹ ਜਿਹਾ ਮੂਹਰੇ ਲੜਾਈ ਕੀਤੀ ਮੁਕਾਬਲਾ, ਅਰਗਤ ਫੰਗਣ ਮਾਰ ਮਚਾਈ, ਤਲਵਾਰਾਂ ਦੀ ਤੇ ਇਸੇ ਤਰ੍ਹਾਂ ਗੋਲੀਆਂ ਦੀ ਮਾਰ ਮਚਾਈ, ਰਿੰਦ ਤੁਰਕ ਸੰਘਾਰ ਭਗਾਏ, ਮੁਸਲਮਾਨ ਨਠਾ ਦਿੱਤੇ ਮਾਰ ਮਾਰ ਕੇ। ਠਹਿਰਿਓ ਗਏ ਨਾ ਤਰਾਸ ਉਪਾਏ, ਉਹ ਰਾਜਪੂਤ ਰਾਜੇ ਰਾਣਿਆਂ ਨੇ ਇਹ ਜਿਹਾ ਹਮਲਾ ਕੀਤਾ, ਇਹਨਾਂ ਕੋਲੋਂ ਠਹਿਰਿਆ ਨਾ ਗਿਆ, ਪਹਾੜ ਵਿੱਚ ਨੱਠਿਆ ਏ, ਭਾਰੀ ਮਾਰ ਖਾਏ ਚਲਿਆ ਏ, ਬਹੁਤੀ ਮਾਰ ਖਾ ਕੇ ਆਪਣੀ ਫੌਜ ਮਰਵਾ ਕੇ ਮੁੜਿਆ ਏ। ਸ਼ਾਹਜਹਾਨ ਟਿਕਰੋ ਇਸ ਨਾਏ, ਸ਼ਾਹਜਹਾਨ ਕੋ ਆ ਕੇ ਰੋ ਪਏ, ਕਹਿੰਦੇ ਅਸੀਂ ਤਾਂ ਹਾਰ ਗਏ। ਕੋਪੇ ਸ਼ਾਹ ਸੰਤ ਰਨਹਾਰਾ, ਸ਼ਾਹਜਹਾਨ ਬੜਾ ਗੁੱਸੇ ਹੋਇਆ ਇਸ ਅਮਰਾਬ ਨੂੰ ਗੁੱਸੇ ਹੋ ਕੇ, ਕਹਿੰਦਾ ਬਾਰ ਬਾਰ ਅਮਰਾਬ ਤਕਾਰਾ, ਬਾਰ ਬਾਰ ਤਰਕਾਰਾਂ ਪਾਈਆਂ ਇਸ ਅਮਰਾਬ ਨੂੰ ਸ਼ਾਹਜਹਾਨ ਨੇ, ਬੜੋ ਨਲਾਜ ਲਾਜ ਨਹੀਂ ਆਵੇ, ਕਹਿੰਦਾ ਓਏ ਬੜਾ ਨਲੱਜ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਮਮ ਸਨਮੁਖ ਕਰ ਖਰੋ ਦਸਾਵੇ, ਮੇਰੇ ਸਾਹਮਣੇ ਕਾਹਨੂੰ ਖੜਨਾ, ਦਿਖਾਈ ਦਿੰਦਾ ਪਰੇ ਚਲਿਆ ਜਾ। ਕਹਿੰਦਾ ਜਾ ਬੇਸਮਝ ਹੇ ਕਾਇਰਾ, ਤੂੰ ਪਰੇ ਹੋ ਜਾ ਮੇਰੇ ਤੋਂ, ਸ਼ਰਨ ਮੇਰੇ ਨੇਤਰ ਗਾਰੇ, ਸਾਰੀ ਫੌਜ ਮਰਵਾਇਆ, ਹਾਰ ਖਰ ਖਾ ਕੇ ਮੇਰੇ ਸਾਹਮਣੇ ਖੜ ਗਿਆ, ਮੇਰੇ ਨੇਤਰਾਂ ਦੇ ਸਾਹਮਣੇ ਨਾ ਹੋ। ਲੱਖ ਕੈਰ ਕੋ ਦਿਓ ਨਿਕਾਸ, ਲੱਖ ਕੈਰ ਕੋ ਦਿਓ ਨਿਕਾਸ, ਇਹਨੂੰ ਕੈਰ ਜਾਣ ਕੇ ਸਤਸੰਗ ਜੀ ਕੱਢ ਦਿੱਤਾ ਸ਼ਾਹਜਹਾਨ ਨੇ ਇਸ ਅਮਰਾਬ ਨੂੰ, ਰਹਿਣ ਦਿਓ ਆਪਣੇ ਪਾਸ, ਆਪਣੇ ਪਾਸ ਨਿਕਟਵਰਤੀ ਨੀ ਰਹਿਣ ਦਿੱਤਾ। ਦੁੱਖ ਪਾਏ ਨਿਕਸ ਇਤ ਆਇਓ, ਇਹ ਦੁਖੀ ਹੋ ਕੇ ਸਤਸੰਗ ਜੀ ਬਾਦਸ਼ਾਹ ਨੇ ਦਾ ਧੱਕਾ ਦੇ ਕੇ ਕਰਤਾ ਦਾ ਸਤਿਕਾਰ ਨੀ ਰਹਿਣ ਦਿੱਤਾ, ਇਹ ਆ ਗਿਆ। ਗੁਰ ਕੋ ਦੇਖੋ ਜੇ ਲਲਚਾਇਓ, ਮਨ ਵਿੱਚ ਇੱਛਾ ਧਾਰੀ ਵੀ ਹੁਣ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਤਾਂ ਗੁਰੂ ਹੀ ਨੇ, ਗੁਰੂ ਘਰ ਤੋਂ ਬਿਨਾਂ ਸਤਸੰਗੀ ਕੌਣ ਦੁਖੀਆਂ ਨੂੰ ਦੀ ਸਾਰ ਲਵੇ? ਸਾਰੇ ਗੁਣਾਂ ਵਾਲਿਆਂ ਨੂੰ ਡੋਚਦੇ ਨੇ, ਔਗਣਾਂ ਵਾਲਿਆਂ ਨੂੰ ਸਤਸੰਗੀ ਕੌਣ ਝੱਲੇ? ਸੋ ਇਹ ਗੁਰੂ ਸਾਹਿਬ ਵੱਲ ਨੂੰ ਆਇਆ। ਗਰ ਸ਼ਮਸ਼ੇਰ ਸਿਫਰ ਕੋ ਧਰੇ, ਇਹਦੇ ਹੁਣ ਸੂਰਮਾ ਤਾਂ ਸੀ, ਇਹਦੇ ਗਲ ਵਿੱਚ ਸਤਸੰਗ ਜੀ ਤਲਵਾਰ ਪਾਈ ਹੈ, ਢਾਲਾ ਹੈ, ਆਇਓ ਨਿਕਟ ਕਰ ਬੋਰ ਭਰੇ, ਮਨ ਵਿੱਚ ਹੰਕਾਰ ਉਸੇ ਤਰ੍ਹਾਂ ਹੀ ਹੈ, ਮੈਂ ਅਮਰਾਬ ਹਾਂ, ਬਾਦਸ਼ਾਹ ਦਾ ਸੂਰਮਾ ਹਾਂ, ਗਰਭ ਪ੍ਰਹਾਰੀ ਗੁਰ ਨੇ ਜਾਣ, ਨਾ ਸੱਚੇ ਪਾਤਸ਼ਾਹ ਕੌਣ ਨੇ? ਸਤਸੰਗ ਜੀ ਗਰਭ ਪ੍ਰਹਾਰੀ ਹੰਕਾਰ ਨਾਸਕ ਸੱਚੇ ਪਾਤਸ਼ਾਹ ਅੰਤਰਜਾਮੀ ਹਨ, ਇਹ ਕਾਇਰ ਅਰ ਮਨ ਗੁਰਬਨ, ਮਹਾਰਾਜ ਨੇ ਅੰਤਰਜਾਮ ਤਾਂ ਨਾ ਸਮਝ ਲਿਆ ਵੀ ਇਹ ਜਿਹੜਾ ਅਮਰਾਬ ਆਇਆ ਸਾਡੇ ਕੋਲੇ ਉਹ ਹੰਕਾਰੀ ਹੈ, ਪਰ ਫੌਜ ਮਰਵਾ ਕੇ ਆ ਗਿਆ ਤੇ ਕੈਰ ਹੈ, ਦਬੱਲਿਆ ਹੋਇਆ ਧਰਕਾਰਿਆ ਹੋਇਆ ਬਾਦਸ਼ਾਹ ਦਾ ਸਾਡੇ ਕੋਲ ਨੂੰ ਆਇਆ। ਜਾਏ ਨਿਕਟ ਗੁਰ ਕੇਰ ਖਰੋਵਾ, ਇਹ ਜਾ ਕੇ ਸਤਸੰਗ ਜੀ ਸਤਿਗੁਰੂ ਜੀ ਪਾਸਾ ਖੇਡ ਰਹੇ ਸੀ, ਚਰਜ ਕੌਤ ਕਰ ਰਹੇ ਸੀ ਪੈਂਦੇ ਖਾਨ ਨਾਲ,
ਇਹ ਮਹਾਰਾਜ ਕੋਲੇ ਜਾ ਕੇ ਖੜ ਗਿਆ। ਮੈਂ ਪ੍ਰਭ ਕੇ ਤਿਸ ਕੀ ਦਿਸ਼ ਜੋਵਾ। ਸਤਿਗੁਰਾਂ ਨੇ ਦੇਖਿਆ ਹੀ ਨਾ ਇਹਦੇ ਵੱਲ। ਅਸ਼ਟਾ ਪਦ ਖੇਲਣ ਮੈਂ ਧਿਆਨੇ। ਸਤਿਗੁਰੂ ਜੀ ਉਹ ਪਾਸਾ ਖੇਡ ਵਿੱਚ ਧਿਆਨ ਰੱਖ ਰਹੇ ਨੇ। ਡਾਲਤ ਔਰ ਨਰਦ ਪਿਆਨੇ, ਨਰਦਾਂ ਨੂੰ ਤੋਰਦੇ ਨੇ ਡਾਲਣੇ ਸਿੱਟ ਸਿੱਟ ਕੇ। ਹਰਿਓ ਰਹੇ ਚਿਤ ਚੈਤ ਵਸੇਖੇ। ਇਹ ਉਮਰਾਮ ਸਤਸੰਗ ਜੀ ਕਿੰਨਾ ਚਿਰ ਖੜਾ ਰਿਹਾ। ਜਦ ਸਤਿਗੁਰ ਮੇਰੀ ਦਿਸ਼ ਦੇਖੇ, ਜਦੋਂ ਮਹਾਰਾਜ ਮੇਰੇ ਵੱਲ ਨੂੰ ਦੇਖਣਗੇ, ਕਰੋਂ ਸਲਾਮ ਬੈਠੋ ਫੇਰੇ, ਫੇਰ ਮੈਂ ਸਲਾਮਾਂ ਲਿਖ ਮੁਕਾਉਂਗਾ ਤੇ ਫੇਰ ਬੈਠੂਗਾ। ਨਹੀਂ ਖੜਾ ਹੀ ਰਿਹਾ ਮਹਾਰਾਜ ਕੋਲੇ। ਚਿਤ ਵਿੱਚ ਬਹੁਤ ਡੇਰੇ, ਸਤਸੰਗ ਜੀ ਚਿਤ ਵਦੇ ਨੂੰ ਕਿਤਨੀ ਦੇਰ ਲੱਗ ਗਈ। ਖਰੇ ਪਠਾਨ ਕ੍ਰੋਧ ਵੱਡ ਜਾਗਾ, ਖੜੇ ਖੜੇ ਨੂੰ ਸਤਸੰਗ ਜੀ ਇਸੇ ਉਮਰਾ ਪਠਾਨ ਨੂੰ ਕ੍ਰੋਧ ਜਾਗ ਪਿਆ। ਚਿਤ ਮੈਂ ਪੁਨ ਚਿਤ ਮੈਂ ਇਮ ਲਾਗਾ, ਚਿਤ ਵਿੱਚ ਕੀ ਚਿਤ ਬਣ ਲੱਗਿਆ ਦੇਖੋ ਸਤਸੰਗ ਜੀ। ਇੱਕ ਸ਼ਮਸ਼ੇਰ ਪ੍ਰਹਾਰੋਂ ਐਸੇ, ਕਹਿੰਦਾ ਇਹ ਜੀ ਤਲਵਾਰ ਵਾਧਿਆ ਇਹਨਾਂ ਦੇ ਉੱਤੇ ਗਲ ਲਾ ਕੇ ਰੱਖਦਿਆ। ਧਰਤੇ ਸਿਰ ਉਤਰੇ ਇਸ ਜੈਸੇ, ਅਹਿਜਾ ਜਿਹਾ ਵਾਰ ਕਰਦਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ, ਧੜ ਤੋਂ ਇੱਕ ਵਾਰ ਦੇ ਨਾਲ ਹੀ ਸਿਰ ਲਾ ਕੇ ਉਹ ਸਿੜਦਿਆ। ਆਦਰ ਅਪਰ ਕਰਨ ਤੋਂ ਰਹੇ ਹੋ, ਮੇਰਾ ਆਦਰ ਕਰਨਾ ਤਾਂ ਕਿੱਥੇ ਰਹਿ ਗਿਆ। ਨੇਤਰ ਉਠਾਏ ਨੇ ਮਮ ਦਿਸ ਲਏ, ਪਾਸਾ ਖੇਡਣ ਚ ਮੌਜ ਨਾਲ ਲੱਗੇ ਹੋਏ ਨੇ, ਨੇਤਰ ਚੱਕ ਕੇ ਮੇਰੇ ਵੱਲ ਦੇਖਿਆ ਵੀ ਨਹੀਂ ਹੈ ਗੁਰੂ ਸਾਹਿਬ ਨੇ। ਇੰਨਾ ਕੁ ਸਤਸੰਗ ਜੀ ਆਪਣਾ ਨਿਰਾਦਰ ਸਮਝ ਕੇ ਕ੍ਰੋਧ ਨਾਲ ਗਦੀ ਉੱਠੀ ਇਹਦੇ ਮਨ ਵਿੱਚ ਤੇ ਗੁਰੂ ਸਾਹਿਬ ਦਾ ਸਿਰ ਲਾ ਦਿਆ। ਚਿਤ ਵਿਉ ਜਬ ਸ਼ਮਸ਼ੇਰ ਪ੍ਰਹਾਰਨ, ਜਦੋਂ ਖਾਲਸਾ ਜੀ ਇਸ ਨੇ ਤਲਵਾਰ ਮਾਰਨ ਵਾਸਤੇ ਚਿਤ ਵਿਆ ਨਾ ਮਨ ਵਿੱਚ, ਕਰਿਓ ਖਾਨ ਦਿਸ ਗੁਰੂ ਨਿਹਾਰਨ, ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦੇ ਹੀ ਤਾਹਾਂ ਨੂੰ ਗਰਦਨ ਚੱਕ ਕੇ ਇਹਦੇ ਵੱਲ ਦੇਖਣਾ ਕੀਤਾ। ਕਹਿਓ ਤਾਹੇ ਨਿਜ ਸੁਭਟ ਕਹਾਓ, ਮਹਾਰਾਜ ਕਹਿਣ ਲੱਗੇ ਉਹ ਪਠਾਨ ਅਮਰਾਵ ਤੂੰ ਸੂਰਮਾ ਖਵਾਉਂਦਾ, ਜਹਾਂ ਪਰੇ ਰਣ ਤਹਾਂ ਪਲਾਓ, ਜਿੱਥੇ ਜੰਗ ਪਿਆ ਸੀ ਉੱਥੇ ਤਾਂ ਨੱਠਿਆ ਆ ਤੂੰ, ਜਹਾਂ ਖੜ ਕੋ ਜੰਗ ਪਹੁੰਚਾਵਨ, ਜਿੱਥੇ ਤਲਵਾਰ ਦਾ ਜੰਗ ਮਚਾਉਣਾ ਸੀ ਉੱਥੇ ਨਾ ਤੇਰੀ ਤਲਵਾਰ ਨਿਕਲੀ, ਤਾਂ ਕਰੋ ਨਿਜ ਪੀਠ ਦਿਖਾਉਣ, ਉੱਥੇ ਤੂੰ ਪਿੱਠ ਦਿਖਾ ਕੇ ਨੱਠਿਆ ਆ ਕੈਰਾ, ਜਹਾਂ ਸ਼ਤਰ ਕੇ ਮਾਰਨ ਬਣੇ, ਜਿੱਥੇ ਬੈਰੀ ਨੂੰ ਮਾਰਨਾ ਬਣਦਾ ਸੀ, ਚਲੋ ਤਰਾਸ ਕੇ ਸਨੇ, ਉੱਥੇ ਤੂੰ ਭੈ ਦੇ ਭੈ ਡਰ ਧਾਰਿਆ ਆਪਣੇ ਮਨ ਚ, ਉਚਿਤ ਨਿਵਨ ਜੋ ਉਚਿਤ ਨਿਵਨ ਜੈ ਫਕਰ ਉਗਾਰੀ, ਫਕਰਾਂ ਦੇ ਕੋਲੇ ਜਿੱਥੇ ਫਕੀਰਾਂ ਕੋਲੇ ਨਿਮਣਾ ਝੁਕਣਾ ਚਾਹੀਦਾ ਨਾ, ਇੱਥੇ ਤਲਵਾਰਾਂ ਵਾਹੁਣ ਨੂੰ ਆ ਗਿਆ ਤੂੰ, ਤੈ ਚਾਹਤ ਸ਼ਮਸ਼ੇਰ ਪ੍ਰਹਾਰੀ, ਇੱਥੇ ਆ ਕੇ ਤਲਵਾਰ ਵਾਹੀ ਚਾਹੁੰਦਾ, ਜਿੱਥੇ ਫਕਰਾਂ ਫਕੀਰਾਂ ਦੇ ਮੂਹਰੇ ਝੁਕੀਦਾ ਜਾ ਕੇ ਮੱਥਾ ਟੇਕੀਦਾ, ਇੱਥੇ ਤੇਰੇ ਕੋਲ ਮੱਥਾ ਤਾਂ ਟੇਕ ਨਹੀਂ ਹੋਇਆ ਖੜਾ ਉਦੋਂ ਦਾ, ਤੂੰ ਤਲਵਾਰ ਵਾਹੁਣ ਦਾ ਮਨ ਚ ਫੁਰਨਾ ਕਰ ਲਿਆ ਕਰੀ ਬੈਠਾ। ਸ਼ਤਰੂ ਸੰਘਾਰ ਤਿਰਸਕਰ ਤੋਹੀ, ਮਹਾਰਾਜ ਕਹਿੰਦੇ ਉਹ ਉਮਰਾ ਪਠਾਨ ਤੈਨੂੰ ਪਤਾ ਦੁਸ਼ਮਣ ਤਾਂ ਤੈਨੂੰ ਮਾਰਦੇ, ਗੁੱਸਾ ਧਾਰ ਕੇ ਤੈਨੂੰ ਮਾਰ ਦਿੰਦੇ, ਫਕਰ ਦੂੰ ਕਟੰਬ ਜੋ ਹੋਈ, ਫਕਰ ਜੇ ਕਿਤੇ ਬਚਨ ਕੱਢ ਦੇਣ ਤੇਰੇ ਪਰਿਵਾਰ ਸੇ ਤੈਨੂੰ ਖਤਮ ਕਰ ਦੇਣਗੇ, ਜੇ ਤੇਰਾ ਦੁਸ਼ਮਣ ਤੈਨੂੰ ਮਾਰੇ ਤਾਂ ਤੈਨੂੰ ਕੱਲੇ ਨੂੰ ਮਾਰਦਾ, ਤੇਰਾ ਪਰਿਵਾਰ ਬਚ ਰਹਿਣਾ ਸੀ, ਪਰ ਜਿਹੜਾ ਤੂੰ ਫਕਰਾਂ ਤੇ ਆਇਆ ਨਾ ਬਦੀ ਧਾਰ ਕੇ ਕਿ ਮੈਂ ਸਿਰ ਲਾ ਦਿਆਂ ਤਲਵਾਰ ਕੱਢ ਕੇ, ਤਾਂ ਇੱਥੇ ਤਾਂ ਜੇ ਇੱਕ ਬਚਨ ਨਿਕਲ ਜਾਣ ਤੇਰਾ ਪਰਿਵਾਰ ਖਾਨਦਾਨ ਖਤਮ ਕਰ ਦੇਣ, ਰੇਪੀਐਸ ਲੋਕੇ ਸੁਖਨ ਬਨਾਸੇ, ਬੈਰੀ ਆ ਜਿਹੜਾ ਤੇਰੇ ਇੱਥੇ ਦੇ ਲੋਕ ਦੇ ਸੁਖਾਂ ਨੂੰ ਨਾਸ਼ ਕਰ ਦੂ ਤੈਨੂੰ ਮਾਰ ਕੇ, ਕਰ ਦੂ ਲੋਕਨ ਸੁਖ ਗ੍ਰਾਸੇ, ਇਹ ਫਕਰਾਂ ਦੀ ਗੱਦੀ ਹੈ, ਗੁਰੂ ਨਾਨਕ ਦੇਵੀ ਦਾ ਘਰ ਹੈ ਜਿਹੜਾ, ਇਹ ਤਾਂ ਦੋਨਾਂ ਲੋਕਾਂ ਦੇ ਸੁਖ ਤੇਰੇ ਨਾਸ਼ ਕਰ ਦੇਣਗੇ, ਇੱਥੇ ਵੀ ਨਹੀਂ ਤੇਰਾ ਤੈਨੂੰ ਸੁਖ
ਮਰ ਕੇ ਪ੍ਰਲੋਕ ਵਿੱਚ ਵੀ ਤੈਨੂੰ ਸੁਖ ਨਹੀਂ ਪ੍ਰਾਪਤ ਹੋ ਸਕੇਗਾ। ਜਹਾਂ ਥਾਨ ਹੰਕਾਰ ਕਰਨ ਕੋ, ਜਿੱਥੇ ਹੰਕਾਰ ਕਰਨ ਦਾ ਥਾਂ ਸੀ, ਤੈਂ ਤੇ ਯਕੀਨ ਸਿਰ ਦਾ ਡਰਨ ਕੋ, ਉੱਥੋਂ ਤਾਂ ਤੂੰ ਡਰਦਾ ਨੱਠਿਆ ਆ ਗਿਆ। ਨਿਰਹੰਕਾਰ ਹੋਣ ਤੋਂ ਜਾਂ, ਜਿੱਥੇ ਹੰਕਾਰ ਕੱਢ ਕੇ ਆਉਣਾ ਸੀ ਹੱਥ ਜੋੜ ਕੇ ਗੁਰੂ ਘਰ, ਫਕਰਨ ਆਗੇ ਗਰਵਤਮਾ, ਇੱਥੇ ਫਕੀਰਾਂ ਦੇ ਦਰ ਦੇ ਉੱਤੇ ਆ ਕੇ ਤੂੰ ਹੰਕਾਰ ਕਰਦਾ। ਗਈ ਹੱਥ ਮੇਰੇ ਤਲਵਾਰ, ਤੇਰੀ ਤਲਵਾਰ ਹੱਥ ਦੀ ਪਕੜੀ ਰਹਿ ਜਾਵੇਗੀ। ਫਕਰ ਪ੍ਰਾਣ ਕੋ ਦੇ ਇਨਕਾਰ, ਫਕਰ ਤਾਂ ਤੇਰੇ ਪ੍ਰਾਣ ਖਿੱਚ ਦੇਣਗੇ, ਜਿਵੇਂ ਤੀਹੀ ਥਾਈ ਪਾਣੀ ਖਿੱਚ ਲਈਦਾ ਹੈ, ਪਾਣੀ ਦੇ ਵਿੱਚ ਤੀਹੀ ਨੂੰ ਗੱਡ ਕੇ ਹਵਾ ਦੇ ਨਾਲ, ਐ ਤੇਰੇ ਪ੍ਰਾਣ ਖਿੱਚ ਦਿਆਂਗੇ। ਮਹਾਰਾਜ ਕਹਿੰਦੇ ਗੁਰਕਰ ਮੈਂ ਮਾਨੀ ਕੋ ਥਾਂ ਨਾ, ਕਹਿੰਦੇ ਹੇ ਅਮਰਾਵ, ਗੁਰੂ ਘਰ ਵਿੱਚ ਹੰਕਾਰੀ ਨੂੰ ਥਾਂ ਨਹੀਂ। ਨਿਰਮਾਨੀ ਨਿਤ ਗੁਰਮਨ ਭਾਵਨ, ਗੁਰੂ ਘਰ ਦੇ ਵਿੱਚ ਤਾਂ ਜਿਹੜੇ ਨਿਰਮਾਨ ਨੇ ਨਿਮਰਤਾ ਵਾਲੇ, ਉਹ ਮਹਾਰਾਜ ਦੇ ਮਨ ਚ ਭਾਉਂਦੇ ਨੇ। ਸੰਤ ਖਾਨ ਮਨ ਮੈਂ ਬਿਸਮਾਏ, ਜਦੋਂ ਸਤਸੰਗ ਜੀ ਐ ਤਰਕਾਂ ਮਾਰੀਆਂ, ਮਹਾਰਾਜ ਨੇ ਇਸ ਨੂੰ ਤਾੜਿਆ, ਹੈਰਾਨ ਹੋ ਗਿਆ ਅਮਰਾਵ ਕਿ ਮੇਰੇ ਮਨ ਦੀ ਚਿਤਵਣੀ ਮਹਾਰਾਜ ਨੇ ਬੁੱਝ ਲਈ। ਚਿਤਵੇ ਚਿਤਵਤ ਗੁਰ ਲਖ ਪਾਇਓ, ਗੁਰੂ ਸਾਹਿਬ ਨੇ ਜਾਣ ਲਿਆ ਮੈਂ ਚਿਤਵਦਾ ਸੀ ਕਿ ਮੇਰਾ ਸਤਿਕਾਰ ਨਹੀਂ ਕੀਤਾ, ਮੈਂ ਇਹਨਾਂ ਦੇ ਵਾਰ ਕਰਾਂ। ਪਇਓ ਦੀਨ ਵਰ ਜੋਰੇ ਹਾਥ, ਕੀ ਤਲਵਾਰ ਚੱਲਣੀ ਸੀ ਸਤ ਸੰਗਤ ਜੀ, ਬੜਾ ਅਧੀਨ ਹੋਇਆ, ਹੱਥ ਜੋੜ ਕੇ ਪਰਿਓ ਗਾਰੀ ਟੇਕਿਓ ਮਾਥ, ਛੇਤੀ ਦੇਣੇ ਡਿੱਗ ਪਿਆ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਇਸਨੇ। ਕਰਾਮਾਤ ਸਾਹਿਬ ਤੁਮ ਭਾਰੇ, ਕਹਿੰਦਾ ਮਹਾਰਾਜ ਤੁਸੀਂ ਤਾਂ ਕਰਾਮਾਤ ਦੇ ਮਾਲਕ ਹੋ, ਸਾਹਿਬ ਹੋ, ਸਕੇ ਉਹਨੂੰ ਜਾਣ ਰੇ ਦੇ ਇਸ ਧਾਰੇ। ਮੈਂ ਮਹਾਰਾਜ, ਮੈਂ ਹਿਰਦੇ ਚ ਗੁੱਸਾ ਧਾਰਿਆ, ਮੇਰਾ ਸਤਿਕਾਰ ਨਹੀਂ ਕੀਤਾ, ਮੈਂ ਤੁਹਾਡੀ ਮਹਿਮਾ ਪ੍ਰਤਾਪ ਨਾ ਜਾਣ ਸਕਿਆ। ਤੋ ਸਤ ਸੰਗਤ ਜੀ, ਸਤਿਗੁਰੂ ਜੀ ਆਪ ਨੂੰ ਫਕਰ ਕਰਕੇ ਜਿਹੜਾ ਕਿਹਾ ਹੈ, ਦਸਵੇਂ ਪਾਤਸ਼ਾਹ ਨੇ ਵੀ ਜਿਸ ਵੇਲੇ ਸ਼ਬਦ ਉਚਾਰੇ ਹਨ, ਮਿੱਤਰ ਪਿਆਰੇ ਨੂੰ ਹਰ ਮਰੀਦਾਂ ਦਾ ਕਹਿਣਾ, ਆਪ ਜੀ ਨੇ ਫਕੀਰਾਂ ਦਾ ਕਹਿਣਾ ਸ਼ਬਦ ਉਚਾਰਨ ਕੀਤਾ ਸੀ। ਪਟਨੇ ਸਾਹਿਬ ਲਿਖਤ ਦੀ ਸਤਸੰਗੀ ਬੀੜਾ ਦੇ ਵਿੱਚ ਮਿੱਤਰ ਪਿਆਰੇ ਨੂੰ ਹਰ ਫਕੀਰਾਂ ਦਾ ਕਹਿਣਾ ਲਿਖਿਆ ਹੋਇਆ ਹੈ। ਉਸੇ ਵੇਲੇ ਬਾਬਾ ਦੀਪ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ, ਮਹਾਰਾਜ ਜੀ ਤੁਸੀਂ ਕਿਤੇ ਫਕੀਰ ਹੋ? ਫਕੀਰ ਤਾਂ ਦਰ ਦਰ ਮੰਗਦੇ ਫਿਰਦੇ ਹੁੰਦੇ ਹੋ, ਆ ਮਹਾਰਾਜ ਪਾਤਸ਼ਾਹ ਹੋ, ਕਿਉਂ ਫਕੀਰ ਕਿਉਂ ਲਿਖਦੇ ਹੋ? ਮਹਾਰਾਜ ਕਹਿੰਦੇ ਨਾ ਭਾਈ, ਅਸੀਂ ਤਾਂ ਫਕੀਰ ਹੀ ਆ। ਕਹਿੰਦਾ ਨਾ ਮਹਾਰਾਜ, ਸੋਭਾ ਨਹੀਂ ਪਾਉਂਦਾ ਅੱਖਰ, ਇਹ ਕਿਰਪਾ ਕਰੋ ਅੱਖਰ ਬਦਲੋ। ਮਹਾਰਾਜ ਕਹਿੰਦੇ ਭਾਈ, ਗੁਰੂ ਘਰ ਵਿੱਚ ਮਰਜ਼ਾਦਾ ਹੈ, ਅੱਖਰ ਬਦਲਣੇ ਸੌਖੇ ਨਹੀਂ, ਇਹ ਬਾਣੀ ਤੋਂ ਰੋਂ ਆਉਂਦੀ ਹੈ ਜਿਹੜੀ ਜਿਤਨੀ ਆਉਂਦੀ ਹੈ। ਅੱਖਰ ਮਾੜੇ ਜੇ ਬਦਲੇ ਸੀ, ਰਾਮ ਰਾਏ ਨੇ ਬੇਈਮਾਨ ਕੀ ਮਿੱਟੀ ਕਹਿਤਾ ਸੀ, ਗੁਰੂ ਹਰ ਰਾਏ ਸਾਹਿਬ ਜੀ ਨੇ ਮੱਥੇ ਨਹੀਂ ਸੀ ਡਾਇਆ, ਹੁਣ ਤੱਕ ਰਾਮ ਰਾਈਆਂ ਨਾਲ ਵਰਤ ਵਰਤਾਵਾ ਨਹੀਂ ਹੈ। ਇਸੇ ਤਰ੍ਹਾਂ ਗੁਰਬਾਣੀ ਹੈ ਜਿਹੜੀ, ਇਹ ਜਿਹੜੀ ਕੇਰਾਂ ਹਾਥੀ ਦੇ ਦੰਦ ਕੇਰਾਂ ਬਾਹਰ ਆ ਕੇ ਪਿੱਛੇ ਨਹੀਂ ਮੁੜਿਆ ਕਰਦੇ। ਕਹਿੰਦੇ ਨਾ ਮਹਾਰਾਜ, ਇਹ ਤਾਂ ਫਿਰ ਫਕੀਰ ਥੋੜੋ ਤੁਸੀਂ, ਇਹ ਕਿਰਪਾ ਕਰੋ ਮੇਰੀ ਬੇਨਤੀ। ਕਹਿੰਦੇ ਕੁਰਬਾਨੀ ਦੇਣੀ ਪਊ? ਕਹਿੰਦੇ ਮਹਾਰਾਜ, ਜਿੱਥੇ ਮਰਜ਼ੀ ਸੀਸ ਲਿਓ, ਸੀਸ ਹਾਜ਼ਰ ਹੈ ਸਦਾ ਵਾਸਤੇ, ਪਰ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੀ ਬੇਨਤੀ ਮੰਨ ਕੇ ਅੱਖਰ ਬਦਲੋ। ਫਿਰ ਮਹਾਰਾਜ ਨੇ ਸਤ ਸੰਗਤ ਜੀ, ਇਹ ਸੰਪਰਦਾਵਾਂ ਦੇ ਅੰਦਰ ਇਹ ਪਰੰਪਰਾ ਤੋਂ ਇਹ ਬਚਨ ਚੱਲੇ ਆ ਰਹੇ ਨੇ। ਮਹਾਰਾਜ ਨੇ ਮਿੱਤਰ ਪਿਆਰੇ ਨੂੰ ਹਰ ਮਰੀਦਾਂ ਦਾ ਕਹਿਣਾ ਕਿਹਾ ਸੀ ਸੰਸਾਰ ਦੇ। ਉੱਥੇ ਫਿਰ ਸਤ ਸੰਗਤ ਜੀ ਮਹਾਰਾਜ ਨੇ ਇਤਿਹਾਸ ਦੇ ਅੰਦਰ ਆਉਂਦਾ ਹੈ, ਫਕੀਰਾਂ ਦੇ ਲਕਸ਼ਣ ਕੀਤੇ। ਫਕੀਰ ਸ਼ਬਦ ਦਾ ਸਤ ਸੰਗਤ ਜੀ ਉਰਦੂ ਫਾਰਸੀ ਦਾ ਮੰਨਿਆ ਹੈ, ਫੇਰ ਜਿਹੜਾ ਫਨਾ ਸਮਝੇ ਸਤ ਸੰਗਤ ਜੀ ਸਾਰੀ ਸ੍ਰਿਸ਼ਟੀ ਨੂੰ, ਜਿਹੜੀ ਵਸਤੂ ਨੂੰ ਫਨਾ ਸਮਝਦੇ ਉਹਦੇ ਨਾਲ ਆਪਣਾ ਮੋਹ ਹੀ ਨਹੀਂ ਕਰਦੇ ਆਪਾਂ, ਜਿਹੜੀ ਚੀਜ਼ ਝੂਠੀ ਆ ਉਹਦੇ ਨਾਲ ਕੌਣ ਮੋਹ ਪ੍ਰੇਮ ਕਰਦਾ ਹੈ।
ਫੇਫ ਨਾ ਸਮਝੇ, ਕਾਫ ਕਨੈਤ ਸੰਤੋਖ ਰੱਖੇ, ਜੇ ਕਹੀਏ ਯਾਦ ਰੱਖੇ, ਰੇ ਰਮਿਆ ਹੋਇਆ ਸਮਝੇ ਪਰਮੇਸ਼ਰ ਨੂੰ ਸਾਰੇ, ਉਹ ਹੈ ਫਕੀਰ ਅਸਲੀ। ਫੇ ਫੁਲਕਾ ਕਾਫ ਕੁਲਚਾ, ਰੇ ਰਮਣੀ ਜੇ ਜਖਣੀ, ਇਹੋ ਜੇ ਖਾਣ ਵਾਲੇ ਫਕੀਰ ਤਾਂ ਦਰ ਦਰ ਤੇ ਫਿਰਦੇ ਨੇ ਤੁਰੇ, ਮੰਨੀ ਰਾਮ ਮਖਣੀ ਰਾਮ ਕਹਿੰਦੇ। ਮਹਾਰਾਜ ਕਹਿੰਦੇ ਭਾਈ ਫਕੀਰ ਦੀ ਪਦਵੀ ਵੀ ਬਹੁਤ ਉੱਚੀ ਹੋਇਆ ਕਰਦੀ ਹੈ। ਸੋ ਸਤ ਸੰਗਤ ਜੀ, ਅੱਜ ਛੇਵੇਂ ਪਾਤਸ਼ਾਹ ਵੀ ਆਪਣੇ ਆਪ ਨੂੰ ਫਕਰ ਕਹਿ ਰਹੇ ਨੇ। ਉਹ ਕਹਿੰਦੇ ਮਰਾਵ ਜਿੱਥੇ ਤਲਵਾਰ ਵਾਹੁਣੀ ਸੀ ਉੱਥੋਂ ਤੂੰ ਆ ਗਿਆ, ਅੱਜ ਫਕਰਾਂ ਤੇ ਤਲਵਾਰ ਵਾਹੁਣ ਲੱਗਾ। ਜੇ ਕਿਸੇ ਦੁਸ਼ਮਣ ਨਾਲ ਤੇਰਾ ਮੁਕਾਬਲਾ ਹੁੰਦਾ, ਦੁਸ਼ਮਣ ਤੈਨੂੰ ਮਾਰ ਦਿੰਦਾ, ਤੇਰਾ ਪਰਿਵਾਰ ਬਚ ਜਾਂਦਾ। ਫਕਰਾਂ ਦੇ ਬਚਨ ਨਿਕਲ ਗਏ, ਤੇਰੇ ਪਰਿਵਾਰ ਸਮੇਤ ਤੂੰ ਖਤਮ ਹੋ ਜਾਵੇਗਾ। ਫਕਰ ਤੈਨੂੰ ਬਚਨ ਕਰ ਦੇਣ, ਤੇਰਾ ਪਰਲੋਕ ਵੀ ਵਿਗਾੜ ਦੇਣਗੇ। ਬੈਰੀ ਤੈਨੂੰ ਮਾਰ ਦੇਣਗੇ, ਤੇਰਾ ਇੱਥੋਂ ਸੰਸਾਰ ਚੱਕਿਆ ਜਾਊ, ਪਰਲੋਕ ਨੂੰ ਚਲਿਆ ਜਾਵੇਗਾ। ਫਕਰਾਂ ਦੀ ਮਾਰ ਦਾ ਮਾਰਿਆ ਹੋਇਆ ਕਿਤੇ ਵੀ ਤੂੰ ਬਚ ਨਹੀਂ ਸਕੇਗਾ। ਉਸੇ ਵੇਲੇ ਖਾਲਸਾ ਜੀ ਕੰਬਣ ਲੱਗ ਗਿਆ, ਮਰਨ ਦੇ ਚਰਨਾਂ ਤੇ ਡਿੱਗ ਪਿਆ ਹੈ। ਸੁਣੋ ਪ੍ਰਭੂ ਤੁਮ ਹੋ ਬਲਦਾਇਕ, ਕਹਿੰਦਾ ਮਹਾਰਾਜ ਤੁਸੀਂ ਵਰ ਦੇਣੇ ਵਾਲੇ ਹੋ, ਮੇਰੇ ਤੇ ਖਿਮਾ ਕਰੋ। ਮੀਰੀ ਅਰ ਪੀਰੀ ਕੇ ਲਾਇਕ, ਤੁਸੀਂ ਮਹਾਰਾਜ ਮੀਰੀ ਪੀਰੀ ਦੇ ਯੋਗ ਹੋ, ਐਵੇਂ ਨੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ। ਤੁਮ ਅਪਰਾਧ ਸ਼ਿਮਾ ਕੋ ਧਰੀਏ, ਮੇਰਾ ਕਸੂਰ ਮਾਫ ਕਰ ਦਿਓ ਜੀ। ਸੇਵਕ ਨਿਜ ਪਗ ਪੰਕਜ ਕਰੀਏ, ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਲੋ। ਸਜੋ ਅਪਰ ਸਤ ਗੁਰ ਸਭ ਗਿਣਤੀ, ਹੋਰ ਮਹਾਰਾਜ ਗਿਣਤੀਆਂ ਮਿਣਤੀਆਂ ਛੱਡ ਦਿਓ। ਕਰੋ ਨਿਹਾਰਨ ਜੋ ਮਮ ਬੇਨਤੀ, ਜਿਵੇਂ ਮਹਾਰਾਜ ਮੈਂ ਬੇਨਤੀ ਕਰਦਾ ਮੇਰੇ ਵੱਲ ਦੇਖੋ। ਭੂਤ ਸਦਾ ਦਾਸ ਕਣ ਆਏ, ਦਾਸ ਸਦਾ ਹੀ ਭੁੱਲਦੇ ਆ ਰਹੇ ਨੇ। ਪੀਰ ਸ਼ਮਾਈ ਕਰਤ ਰਹਾਏ, ਜਿਹੜੇ ਪੀਰ ਹੁੰਦੇ ਨੇ ਉਹ ਖਿਮਾ ਕਰਦੇ ਨੇ। ਸੋ ਤਾਂ ਅਪਰਾਧ ਕਰਤ ਹੈ ਜਿੱਤ, ਜਨਨੀ ਚੀਤ ਨਾ ਰਾਕਸ ਤੇਤੇ। ਮਾਂ ਖਿਮਾ ਕਰਦੀ ਨੀ ਥੱਕਦੀ, ਪੁੱਤ ਕਸੂਰ ਕਰਦਾ ਵੀ ਥੱਕਦਾ ਨਹੀਂ ਹੈ। ਤੁਸੀਂ ਮਹਾਰਾਜ ਪਰਮੇਸ਼ਰ ਰੂਪ ਹੋ, ਦੇਖ ਦੀਨ ਗੁਰ ਭਏ ਕਿਰਪਾਲਾ, ਸਤਿਗੁਰੂ ਜੀ ਦੀ ਨਿਮਰਤਾ ਦੇਖ ਕੇ ਸਤਿਗੁਰੂ ਜੀ ਕਿਰਪਾਲੂ ਹੋ ਗਏ ਛੇਤੀ। ਬੈਠਾ ਰਹੇ ਸਮੀਪ ਤਿਸ ਕਾਲਾ, ਕੋਲੇ ਬਿਠਾ ਲਿਆ ਸਮਰਾਵ ਪਠਾਨ ਨੂੰ, ਨਿਜ ਸਿੱਖ ਕਰਕੇ ਸਿੱਖਿਆ ਦਈ। ਸਤ ਸੰਗਤ ਜੀ ਆਪਣਾ ਸਿੱਖ ਬਣਾ ਲਿਆ ਆਪ ਜੀ ਨੇ, ਇਸ ਨੂੰ ਸਿੱਖਿਆ ਦੇਣ ਲੱਗੇ ਹੈ। ਦੇਖ ਲੋ ਸਤ ਸੰਗਤ ਜੀ ਜਿਹੜੇ ਜਾ ਕੇ ਗੁਰੂ ਘਰ ਸਤਿਗੁਰਾਂ ਤੇ ਤਲਵਾਰ ਵਾਹੁਣਾ ਵੀ ਬੁਰਿਆਈ ਚਿਤ ਵਧੇ ਨੇ। ਆਪ ਜੀ ਦਿਆਲੂ ਨੇ ਸਤ ਸੰਗਤ ਜੀ ਉਹਨਾਂ ਨੂੰ ਵੀ ਤਾਰਦੇ ਹਨ, ਉਹਨਾਂ ਨੂੰ ਵੀ ਸਿੱਖਿਆ ਦੇ ਰਹੇ ਨੇ। ਇਹ ਨਹੀਂ ਦੇਖ ਰਹੇ ਕਿ ਮੁਸਲਮਾਨ ਹੈ, ਉਹਨੂੰ ਬਿਠਾ ਲਿਆ ਉਹਦੀ ਨਿਮਰਤਾ ਦੇਖ ਕੇ। ਫਕਰ ਨੇ ਆ ਕੇ ਨਮਤਾ ਲਈ, ਮਹਾਰਾਜ ਕਹਿੰਦੇ ਲੈ ਤੈਨੂੰ ਸਿੱਖਿਆ ਦੇਈਏ ਅਮਰਾਹ ਪਠਾਨ, ਅੱਗੇ ਵਾਸਤੇ ਫਕਰਾਂ ਦੇ ਮੂਹਰੇ ਨਿਮਰਤਾ ਧਾਰਦਾ ਰਹੀ। ਅੱਜ ਤਾਂ ਤੂੰ ਸਾਡੇ ਕੋਲੇ ਆਇਆ, ਗਾਹਾਂ ਵੀ ਤੈਨੂੰ ਸਾਰੀ ਜ਼ਿੰਦਗੀ ਚ ਫਕੀਰਾਂ ਨਾ ਬਾਹ ਸਾਧੂਆਂ ਨਾ ਪਵੇਗਾ। ਕਿਤੇ ਹੰਕਾਰ ਦੇ ਨਾਲ ਨਾ ਜਾਈ ਕਿਤੇ ਵੀ ਸੰਗਤ ਵਿੱਚ, ਭੁੱਲ ਕੇ ਵੀ ਜਿੱਥੇ ਸਾਧੂ ਫਕੀਰਾਂ ਦੀ ਸੰਗਤ ਹੋਵੇ ਉੱਥੇ ਨਿਮਰਤਾ ਧਾਰੀਏ, ਤੈਨੂੰ ਪਹਿਲੀ ਸਿੱਖਿਆ ਹੈ। ਸੰਤਨ ਟਿਕ ਕਮ ਨੋ ਤਜਮਾਨ, ਜਦੋਂ ਵੀ ਸੰਤਾਂ ਦੇ ਪਾਸ ਜਾਵੇਂ ਹੰਕਾਰ ਤਿਆਗ ਕੇ ਜਾਈ। ਸੇਵਾ ਕਰੋ ਹੋਏ ਸੁਖਵਾਨ, ਸੁਖ ਵਾਲਾ ਬਣੇਗਾ ਤੂੰ ਸੇਵਾ ਕਰੀ ਜਾ ਕੇ ਹੰਕਾਰ ਤਿਆਗ ਕੇ। ਨਿਤ ਸਤਿਗੁਰ ਕੋ ਸਿਮਰਨ ਕਰੋ, ਰੋਜ਼ ਸਤਿਗੁਰੂ ਨਾਨਕ ਦੇਵੀ ਦਾ ਧਿਆਨ ਧਾਰੀ ਸਿਮਰਨ ਕਰੀ। ਗਰਭ ਜੋਨ ਮੈਂ ਪੂਰਨ ਪਰੋ, ਫੇਰ ਤੂੰ ਮਾਤਾ ਦੇ ਉਦਰ ਵਿੱਚ ਪੁੱਠਾ ਨਹੀਂ ਲਟਕੇਗਾ, ਗਰਭ ਜੂਨਾ ਚ ਨਹੀਂ ਆਵੇਗਾ। ਸਿੱਖ ਗੁਰ ਕੋ ਤਬ ਖਾਨ, ਕਿਉਂ ਖਾਲਸਾ ਜੀ ਅਮਰਾਵ ਜਿਹੜਾ ਬੜਾ ਭਾਰੀ ਡਟ ਕੇ ਆਇਆ ਸੀ, ਇਹਦੇ ਕੋਲ ਸਤਸੰਗ ਜੀ ਬੇਮੁਖ ਹੋ ਕੇ ਸ਼ਾਹਜਹਾਨ ਨੇ ਦਬਲਤਾ ਸੀ, ਅੱਜ ਗੁਰੂ ਕਾ ਸਿੱਖ ਬਣਿਆ।